ਸ੍ਰੀ ਅਕਾਲ, ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਅੱਜ ਅਸੀਂ ਕਟਾਣਾ ਸਾਹਿਬ ਗੁਰਦੁਆਰਾ ਸਾਹਿਬ, ਜੋ ਕਿ ਦੇਗਸਰ ਸਾਹਿਬ ਹੈ, ਇਹ ਲੁਧਿਆਣਾ ਦਿੱਲੀ ਰੋਡ 'ਤੇ ਸਥਿਤ ਹੈ। 6 ਕਿਲੋਮੀਟਰ ਦੀ ਦੂਰੀ 'ਤੇ ਨਹਿਰ ਦੇ ਕੰਢੇ 'ਤੇ ਸਥਿਤ ਹੈ ਇਹ ਗੁਰਦੁਆਰਾ ਸਾਹਿਬ, ਕਟਾਣਾ ਸਾਹਿਬ, ਜਿਸ ਨੂੰ ਦੇਗਸਰ ਸਾਹਿਬ ਕਿਹਾ ਜਾਂਦਾ ਹੈ। ਇਹ ਗੁਰਦੁਆਰਾ ਸਾਹਿਬ 'ਚ ਮੌਸਮ ਹਰ ਟਾਈਮ ਬਹੁਤ ਸੋਹਣਾ ਰਹਿੰਦਾ, ਕਿਉਂਕਿ ਇਹ ਗੁਰਦੁਆਰਾ ਸਾਹਿਬ ਜੋ ਕਿ ਨਹਿਰ ਦੇ ਕੰਢੇ 'ਤੇ ਬਣਿਆ ਹੋਇਆ ਹੈ, ਔਰ ਇੱਥੇ ਬਹੁਤ ਸਾਰੇ ਪੇੜ ਪੌਦੇ ਲੱਗੇ ਹੋਏ ਹਨ। ਇਸ ਗੁਰਦੁਆਰੇ ਦਾ ਕੁਛ ਇਤਿਹਾਸ ਹੈ ਜੋ ਕਿ ਅਸੀਂ ਤੁਹਾਨੂੰ ਅੱਜ ਦੱਸਾਂਗੇ, ਅਤੇ ਇਸ ਇਤਿਹਾਸ ਬਾਰੇ ਅਸੀਂ ਤੁਹਾਨੂੰ ਬਹੁਤ ਬਰੀਕੀ ਤਰੀਕੇ ਨਾਲ ਦੱਸਾਂਗੇ। ਅਸੀਂ ਹੁਣ ਗੁਰਦੁਆਰਾ ਸਾਹਿਬ ਦੇ ਅੰਦਰ ਜਾ ਰਹੇ ਹਾਂ। ਇਹ ਗੁਰਦੁਆਰਾ ਸਾਹਿਬ ਜੋ ਕਿ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਅਤੇ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਯਾਦ ਵਿੱਚ ਬਣਾਇਆ ਗਿਆ ਸੀ। ਇਸਦਾ ਨਾਮ ਦੇਗਸਰ ਸਾਹਿਬ ਤਾਂ ਰੱਖਿਆ ਗਿਆ ਸੀ, ਕਹਿੰਦੇ ਹਨ ਕਿ ਅਗਰ ਇੱਥੇ ਕੋਈ ਵੀ ਅਰਦਾਸ ਕਰਾ ਕੇ ਦੇਗ ਕਰਵਾਈ ਜਾਵੇ ਤਾਂ ਅਰਦਾਸ ਹਰ ਇੱਕ ਬੰਦੇ ਦੀ ਪੂਰੀ ਹੁੰਦੀ ਹੈ, ਅਤੇ ਉਸ ਤੋਂ ਬਾਅਦ ਦੁਬਾਰਾ ਫਿਰ ਇੱਥੇ ਆ ਕੇ ਦੇਗ ਕਰਵਾਉਣੀ ਪੈਂਦੀ ਹੈ। ਇੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਬੇਰੀ ਥੱਲੇ ਇੱਕ ਰਾਤ ਆਰਾਮ ਕੀਤਾ ਸੀ ਅਤੇ ਆਪਣੇ ਘੋੜੇ ਨੂੰ ਉੱਥੇ ਬੰਨਿਆ ਸੀ। ਇਹ ਉਹੀ ਬੇੜੀ ਹੈ ਜਿਹੜੀ ਕਿ ਬਹੁਤ ਹੀ ਪਵਿੱਤਰ ਦਰਸ਼ਨ ਲਈ ਬਣੀ ਹੋਈ ਹੈ। ਇਸ ਬੇੜੀ ਨੂੰ ਇੱਕ ਅੰਗਰੇਜ਼ ਇੰਜੀਨੀਅਰ ਨੇ ਕੋਸ਼ਿਸ਼ ਕੀਤੀ ਸੀ ਪਟਵਾਉਣ ਦੀ, ਪਰ ਕਹਿੰਦੇ ਹਨ ਕਿ ਨਹਿਰ ਦਾ ਰਸਤਾ ਕੱਢਣ ਲਈ ਜਦ ਇਹਨੂੰ ਪੱਟਣ ਦੀ ਕੋਸ਼ਿਸ਼ ਕੀਤੀ ਗਈ ਤਾਂ ਬੇੜੀ ਦੇ ਅੰਦਰੋਂ ਦੀ ਖੂਨ ਨਿਕਲਣ ਲੱਗ ਗਿਆ, ਜਿਸ ਦੇ ਨਾਲ ਸਾਰੇ ਡਰ ਗਏ ਸਨ। ਅਤੇ ਫਿਰ ਉਸ ਅੰਗਰੇਜ਼ ਇੰਜੀਨੀਅਰ ਨੇ ਉੱਥੇ 51 ਰੁਪਏ ਦੀ ਦੇਗ ਕਰਵਾਈ ਸੀ। ਇੱਥੇ ਗੁਰੂ ਹਰਗੋਬਿੰਦ ਸਾਹਿਬ ਜੀ 1675 ਈਸਵੀ ਵਿੱਚ ਆਏ ਸਨ ਅਤੇ ਉਹਨਾਂ ਦੇ ਕੋਲ 1100 ਘੋੜ ਸਵਾਰ ਅਤੇ 7 ਤੋਪਾ ਸਨ। ਅਤੇ ਇੱਥੇ ਕਹਿੰਦੇ ਹਨ ਕਿ ਜਦੋਂ ਨਹਿਰ ਨਿਕਲਵਾਉਣ ਲਈ ਰਸਤਾ ਕੱਢਿਆ ਗਿਆ ਸੀ ਤਾਂ ਉਹ ਰਸਤਾ ਹੁਣ ਸਾਈਡ ਤੋਂ ਕੱਢਿਆ ਗਿਆ ਸੀ, ਅਤੇ ਗੁਰਦੁਆਰਾ ਸਾਹਿਬ ਨੂੰ ਬਿਲਕੁਲ ਵੀ ਹਿਲਜੁਲ ਨਹੀਂ ਕਰਵਾਈ ਗਈ ਸੀ। ਇੱਥੇ ਗੁਰੂ ਗੋਬਿੰਦ ਸਿੰਘ ਜੀ ਊਚ ਦੇ ਪੀਰ ਬਣ ਕੇ ਆਏ ਸਨ। ਇੱਥੇ ਸਰੋਵਰ ਸਾਹਿਬ ਦੇ ਵਿੱਚ ਕਹਿੰਦੇ ਇਸ਼ਨਾਨ ਕਰਨ ਨਾਲ ਬਹੁਤ ਸਾਰੇ ਕਸ਼ਟ ਦੂਰ ਹੋ ਜਾਂਦੇ ਹਨ। ਇੱਥੇ ਗੁਰੂ ਦਾ ਲੰਗਰ ਅਟੂਟ ਵਰਤਦਾ ਰਹਿੰਦਾ ਹੈ। ਇੱਥੇ ਬਹੁਤ ਸੋਹਣਾ ਬਗੀਚਾ ਬਣਿਆ ਹੋਇਆ ਜਿੱਥੇ ਬਹੁਤ ਸਾਰੇ ਪੰਛੀ ਇੱਥੇ ਜਾਂਦੇ ਰਹਿੰਦੇ ਹਨ, ਅਤੇ ਬਹੁਤ ਸਾਰੇ ਆਲੇ ਦੁਆਲੇ ਪੇੜਾਂ ਦੇ ਕੋਲ ਅਗਰ ਦੇਖੀਏ ਤਾਂ ਇੱਕ ਜੰਗਲ ਵੀ ਹੈ ਜਿੱਥੇ ਜਾਨਵਰ ਵੀ ਹਨ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ।